ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਅੰਦਰ ਜਿਹੜਾ ਪੰਜਾਬ ਪੁਲਿਸ ਚੌਕਸ ਹੋ ਗਈ ਹੈ, ਅਚਾਨਕ ਜਿਹੜੀ ਹੈ ਇਲਾਕੇ ਦੇ ਅੰਦਰ ਜਿਹੜੇ ਸਰਹੱਦੀ ਇਲਾਕੇ ਦੇ ਅੰਦਰ ਜਿਹੜੀ ਚੌਕਸੀ ਵਧਾ ਦਿੱਤੀ ਗਈ ਹੈ, ਜਨਤਕ ਥਾਵਾਂ ਦੇ ਅੰਦਰ ਜਿਹੜੀ ਹੈ ਚੈਕਿੰਗ ਮੁਹਿੰਮ ਨੂੰ ਜਿਹੜਾ ਛੇੜਿਆ ਗਿਆ ਹੈ, ਖੋਜੀ ਕੁੱਤਿਆਂ ਦੇ ਨਾਲ ਨਾਲ ਜਿਹੜੀ ਨਫਰੀ ਜਿਹੜੀ ਹੈ ਪੁਲਿਸ ਦੀ ਵਧਾਈ ਗਈ ਹੈ। ਗੱਲਬਾਤ ਕਰਦੇ ਆ ਡਾਕਟਰ ਪ੍ਰਗਿਆ ਜੈਨ, SSP ਫਾਜ਼ਿਲਕਾ ਨਾਲ। ਮੈਮ, ਕੀ ਕਾਰਨ ਹੈ ਕਿ ਅਚਾਨਕ ਜਿਹੜੀ ਇਸ ਤਰ੍ਹਾਂ ਦੀ ਚੌਕਸੀ ਜਿਹੜੀ ਜ਼ਿਲ੍ਹੇ ਦੇ ਅੰਦਰ ਦੇਖਣ ਨੂੰ? ਜੀ, ਸਾਡੀ ਇੱਕ ਸਸਟੇਨ ਡਰਾਈਵ ਚੱਲ ਰਹੀ ਹੈ ਨਸ਼ਿਆਂ ਦੇ ਵਿਰੁੱਧ, ਅਤੇ ਉਹਦੀ ਹੀ ਲੜੀ ਦੇ ਤਹਿਤ ਆਪਾਂ ਲਗਾਤਾਰ ਜਿਹੜੀ ਹੈਗੀ ਕੋਰਡਨ ਐਂਡ ਸਰਚ ਓਪਰੇਸ਼ਨਸ ਕਰਾ ਰਹੇ ਨੇ। ਔਰ ਇੱਕ ਜਿਵੇਂ ਇੱਕ ਸਟੇਟ ਆਫ ਹਾਈ ਅਲਰਟ ਹੈ ਪੂਰੇ ਪੰਜਾਬ 'ਚ, ਸਪੈਸ਼ਲੀ ਸਰਹੱਦੀ ਇਲਾਕਿਆਂ 'ਚ, ਅਤੇ ਉਹਦੀ ਹੀ ਕੰਟੀਨਿਊਏਸ਼ਨ 'ਚ ਇਹ ਡਰਾਈਵ ਚੱਲ ਰਹੀ ਹੈ। ਆਪਾਂ ਇਹ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿੰਨੇ ਵੀ ਸਾਡੇ ਰੇਲਵੇ ਸਟੇਸ਼ਨਸ ਜਾਂ ਬੱਸ ਸਟੈਂਡਸ ਹੈ, ਉਹਨੂੰ ਐਜ਼ ਅ ਟ੍ਰਾਂਜ਼ਿਟ ਰੂਟ ਕਿਸੇ ਵੀ ਕ੍ਰਿਮੀਨਲ ਐਲੀਮੈਂਟ ਵੱਲੋਂ ਨਾ ਵਰਤਿਆ ਜਾਏ। ਤੋ ਸਖਤ ਚੈਕਿੰਗ, ਅਚਨਚੇਤ ਚੈਕਿੰਗ ਵੀ ਆਪਾਂ ਕਰਾਉਂਦੇ ਰਹਿੰਦੇ, ਤੋ ਉਹੀ ਅੱਜ ਆਪਾਂ ਕਰਾਇਆ। ਮੈਮ, ਕੀ ਇਨਪੁੱਟ ਕੀ ਹੈ, ਕਿਸ ਤਰ੍ਹਾਂ ਦੀ ਇਨਪੁੱਟ ਆਈ ਹੈ, ਕਿ ਕਿਸ ਤਰ੍ਹਾਂ ਦੀ ਜਿਹੜੀ ਖਤਰਾ ਜਿਹੜਾ ਆਪਾਂ ਨੂੰ ਹੈ? ਦੇਖੀਏ, ਇਨਪੁੱਟਸ ਆਉਂਦੇ ਰਹਿੰਦੇ, ਬਟ ਉਹਦੇ ਹੀ ਕੋਰੋਬਰੇਟਿੰਗ ਪੰਜਾਬ ਪੁਲਿਸ ਹੈਜ਼ ਆਲਵੇਜ਼ ਰਿਜ਼ਨ ਟੂ ਦਾ ਚੈਲੰਜ ਐਂਡ ਵੀ ਆਰ ਫੁੱਲੀ ਗੇਅਰਡ ਅਪ। ਔਰ ਚੱਪੇ ਚੱਪੇ 'ਤੇ ਜਿਹੜਾ ਹੈਗਾ ਪੁਲਿਸ ਵੀ ਤੈਨਾਤ ਹੈ, ਸਾਰੇ ਸੀਨੀਅਰ ਅਫਸਰ ਬਾਹਰ ਨੇ। ਔਰ ਨਸ਼ਿਆਂ ਦੇ ਵਿਰੁੱਧ ਇੱਕ ਕੋਂਪ੍ਰੀਹੈਂਸਿਵ ਡਰਾਈਵ ਹੈ। ਕੱਲ੍ਹ ਵੀ ਫਾਜ਼ਿਲਕਾ ਜ਼ਿਲ੍ਹੇ 'ਚ 8 FIRs ਰਜਿਸਟਰ ਹੋਈ ਹੈ ਜਿਹੜੇ ਡਰੱਗ ਪੈਡਲਰਸ ਨੇ। ਔਰ ਪ੍ਰੀਵੀਅਸਲੀ ਵੀ ਪਿਛਲੇ 1.5 ਮਹੀਨਿਆਂ 'ਚ ਜਿਹੜੇ ਬਿਗ ਫਿਸ਼ ਹੈ ਉਹਨਾਂ ਨੂੰ ਵੀ ਬਹੁਤ ਇੱਕ ਕੋਂਪ੍ਰੀਹੈਂਸਿਵ ਤਰੀਕੇ ਨਾਲ ਉਹਨਾਂ ਦੇ ਖਿਲਾਫ ਐਕਸ਼ਨ ਹੋਇਆ। ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਦੱਸਣਾ ਚਾਹਾਂਗੀ ਕਿ ਜਿਹੜੇ ਇਹ ਨਸ਼ਾ ਤਸਕਰ ਨੇ, ਇਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਬੈਕਬੋਨ ਹੁੰਦੀ ਹੈ, ਇਹਨਾਂ ਦੀ ਪ੍ਰੋਪਰਟੀਜ਼ ਹੁੰਦੀ ਹੈ, ਉਹਨਾਂ ਦੇ ਵੀ ਆਪਾਂ ਕੇਸਿਸ ਬਣਾ ਕੇ ਭੇਜੇ ਹੈ, ਅਤੇ ਇਹਨਾਂ ਦੀ ਬਿਲਕੁਲ ਫਾਈਨੈਂਸ਼ੀਅਲ ਬੈਕਬੋਨ ਆਪਾਂ ਬ੍ਰੇਕ ਕਰਾਂਗੇ। ਅੱਜ ਸਵੇਰੇ ਹੀ ਸਾਡੇ ਕੋਲ ਇੱਕ ਕੰਪੀਟੈਂਟ ਅਥਾਰਿਟੀ ਦਾ ਫਰੀਜ਼ਿੰਗ ਆਰਡਰ ਕਨਫਰਮ ਹੋ ਕੇ ਆਇਆ ਹੈ, ਜਿਹ 'ਚ ਨਸ਼ਾ ਵੇਚਣ ਵਾਲੇ ਇੱਕ ਤਸਕਰ ਦੀ 42 ਲੱਖ ਦੀ ਪ੍ਰੋਪਰਟੀ ਫਰੀਜ਼ ਹੋ ਗਈ ਹੈ। ਉਹ ਇੱਕ ਬਹੁਤ ਮੈਂ ਸਮਝਦੀ ਹਾਂ ਕਿ ਇੱਕ ਵੱਡੀ ਇੱਕ ਉਪਲਬਧੀ ਹੈ। ਔਰ ਇਸੀ ਤਰ੍ਹਾਂ ਸੇ ਬੰਦੇ ਆਈਡੈਂਟੀਫਾਈਡ ਨੇ, ਅਤੇ ਉਹਨਾਂ ਦੇ ਕੇਸਿਸ ਆਪਾਂ ਬਣਾ ਕੇ ਉੱਪਰ ਭੇਜ ਰਹੇ ਨੇ। ਤੋ ਇੱਕ ਆਲ ਆਊਟ ਇੱਕ ਐਫਰਟ ਸਾਡੇ ਵੱਲੋਂ ਕੀਤਾ ਜਾ ਰਿਹਾ ਹੈ ਔਨ ਦਾ ਇਨਫੋਰਸਮੈਂਟ ਫਰੰਟ। ਇਹਦੇ ਨਾਲ ਨਾਲ ਆਪਾਂ ਇੱਕ ਕਮਿਊਨਿਟੀ ਅਵੇਅਰਨੈਸ ਦੇ ਲੈਵਲ 'ਤੇ ਵੀ ਕੱਲ੍ਹ ਇੱਕ ਪ੍ਰੋਗਰਾਮ ਲਾਂਚ ਕਰਾਂਗੇ, ਮਿਸ਼ਨ ਨਿਸ਼ਚੈ। ਸਾਡੇ DIG ਸਾਹਿਬ ਫਿਰੋਜ਼ਪੁਰ ਰੇਂਜ ਉਹਨੂੰ ਇਨੋਗਰੇਟ ਕਰਨਗੇ, ਜਿਹਦੇ 'ਚ 42 ਸਰਹੱਦੀ ਵਿਲੇਜਸ ਜਿਹੜੇ ਬਿਲਕੁਲ ਬਾਰਡਰ ਲਾਈਨ 'ਤੇ ਨੇ, ਉੱਥੇ ਸਾਡੇ GOs ਗਜ਼ਟਿਡ ਆਫਿਸਰਸ ਆਪੇ ਉੱਥੇ ਜਾਣਗੇ, ਅਤੇ ਆਲ ਦਾ ਸੈਕਸ਼ਨਸ ਆਫ ਦਾ ਸੋਸਾਇਟੀ ਉਹਨਾਂ ਨੂੰ ਆਪਣੀ ਇਸ ਮੁਹਿੰਮ ਨਾਲ ਜੋੜਨਗੇ ਵਿਦ ਅ ਸਪੈਸ਼ਲ ਫੋਕਸ ਔਨ ਵਿਮੈਨ ਐਂਡ ਚਿਲਡਰਨ। ਸੈਕਿੰਡ ਡਿਫੈਂਸ ਦੀ ਗੱਲ ਕਰ ਲਈਏ, ਜਾਂ ਅੰਤਰਰਾਜੀਆਂ ਜਿਹੜੀਆਂ ਸਰਹੱਦਾਂ ਜਿਹੜੀਆਂ ਲੱਗਦੀਆਂ ਨੇ, ਉਸ ਤਰ੍ਹਾਂ ਉੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕਿ ਚੌਕ ਵੀ ਵਧਾਈ? 8 ਸਾਡੇ ਸੈਕਿੰਡ ਲਾਈਨ ਆਫ ਡਿਫੈਂਸ ਨਾਕੇ ਹੈ, ਉਹਨਾਂ ਨੂੰ ਆਪਾਂ 24 hours ਫੰਕਸ਼ਨਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਾਡੀ 5 ਬਾਰਡਰ ਪੈਟਰੋਲਿੰਗ ਟੀਮਸ ਹੈਗੀ ਜਿਹੜੇ ਰਾਤ ਵੇਲੇ ਪੂਰੇ ਇਲਾਕੇ ਦੀ ਗਸ਼ਤ ਕਰਦੀ ਹੈ, ਅਤੇ ਉਹਨਾਂ ਬਾਰਡਰ ਪੈਟਰੋਲਿੰਗ ਟੀਮਸ ਦੀ ਗਜ਼ਟਿਡ ਆਫਿਸਰ ਨਾਈਟ ਚੈਕਿੰਗ ਆਫਿਸਰ ਉਹਦੀ ਕਹਿ ਸਕਦੇ ਹਾਂ ਕਿ ਸੀਲ ਕਰ ਦਿੱਤਾ? ਬਿਲਕੁਲ ਜੀ, ਬਿਲਕੁਲ ਪ੍ਰੋਪਰ ਸੀਲ। ਬਿਲਕੁਲ ਜੀ, ਜਿਹੜਾ ਸਰਹੱਦੀ ਇਲਾਕੇ ਨੂੰ ਜਿਹੜਾ ਇਸ ਵਾਰ ਜਿਹੜਾ ਇੱਕ ਵਾਰ ਜਿਹੜਾ ਸੀਲ ਕੀਤਾ ਗਿਆ ਹੈ, ਇਨਪੁੱਟ ਜਿਹੜੀ ਹੈ ਕਈ ਮਿਲੀਆਂ ਨੇ, ਜਿਸ ਦੇ ਤਹਿਤ ਜਿਹੜੀ ਹੈ ਚੌਕਸੀ ਵਧਾਈ ਗਈ ਹੈ। ਫਿਲਹਾਲ ਦੀ ਕੜੀ ਵਿੱਚ ਜਨਤਕ ਥਾਵਾਂ ਤੋਂ ਲੈ ਕੇ ਸਰਹੱਦ ਤੱਕ ਜਿਹੜਾ ਇਲਾਕਾ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ। ਪ੍ਰਦੀਪ ਕੁਮਾਰ, ਨਿਊਜ਼ 18 ਫਾਜ਼ਿਲਕਾ।